ਬਲਦੇਵ ਸਿੰਘ ਢਾਲੀਵਾਲ ਦੀ ਕਹਾਣੀ ਉਪਰੀ ਹਵਾ ਵੱਡੇ ਭਰਾ ਨਰੰਜ ਦੇ ਅਚਾਨਕ ਆਉਣ ਤੇ ਆ ਕੇ ਉਹ ਪਥੱਲਾ ਮਾਰ ਕੇ ਬੈਠ ਜਾਣ ਨਾਲ ਸਾਡਾ ਨੱਕ ਚ ਦਮ ਆਇਆ ਪਿਆ ਸੀ ਉਹਨੂੰ ਪਿੰਡੋਂ ਆਇਆ ਪੂਰੇ 7 ਦਿਨ ਹੋ ਗਏ ਸਨ ਪਰ ਅਜੇ ਜਾਣ ਦਾ ਨਾਂ ਨਹੀਂ ਸੀ ਲੈ ਰਿਹਾ ਅਜੇ ਤਾਂ ਉਹਨੇ ਇਹ ਭੇਦ ਵੀ ਨਹੀਂ ਸੀ ਖੋਲਿਆ ਕਿ ਉਹ ਕਿਉਂ ਆਇਆ ਸੀ ਵਾਹੀ ਖੇਤੀ ਦੇ ਕੰਮ ਤੋਂ ਇੱਕ ਦਿਨ ਵੀ ਨਾ ਨਿਕਲ ਸਕਣ ਵਾਲਾ ਤੇ ਕਦੇ ਆਪਣੇ ਜ਼ਿਲ੍ਹੇ ਦੀ ਹੱਦ ਨਾ ਟੱਪਣ ਵਾਲਾ ਨਰੰਜ ਪੂਰੇ ਹਫਤੇ ਤੋਂ ਇਸ ਅਜਨਬੀ ਸ਼ਹਿਰ 'ਚ ਡੇਰਾ ਲਾਈ ਬੈਠਾ ਸੀ ਸ਼ਾਇਦ ਅੱਜੀ ਉਹ ਆਪਣੇ ਰਹਸ ਦੀ ਪਟਾਰੀ ਖੋਲ ਦੇਵੇ ਸੋਚਦਾ ਮੈਂ ਅਖਬਾਰ ਦੇ ਦਫ਼ਤਰ ਨੌਕਰੀ ਕਰਨ ਚਲਾ ਜਾਂਦਾ ਤੇ ਆਕੇ ਰਾਤ ਨੂੰ ਸੌਣ ਤੱਕ ਉਡੀਕਦਾ ਰਹਿੰਦਾ ਪਰ ਉਹਨੇ ਅਜੇ ਤੱਕ ਪਟਾਰੀ ਦਾ ਟੱਕਣ ਨਹੀਂ ਸੀ ਚੁੱਕਿਆ ਕਿਰਾਏ ਦੇ ਇੱਕ ਕਮਰੇ 'ਚ ਪਹਿਲਾਂ ਹੀ ਦਬੜੂ ਕੁਸੜੂ ਹੋ ਕੇ ਰਹਿ ਰਹੇ ਸਾਡੇ ਪਤੀ ਪਤਨੀ ਵਿਚਕਾਰ ਉਕਲਬੂਤ ਵਾਂਗ ਆ ਫਸਿਆ ਸੀ ਇੰਨੇ ਕੁ ਥਾਂ 'ਚ ਤਾਂ ਕਿਸੇ ਤੋਂ ਇੱਕ ਦਿਨ ਪਰਦਾ ਰੱਖਣਾ ਔਖਾ ਹੁੰਦਾ ਇਹ ਰੰਨੇ ਦਿਨ ਕਿਵੇਂ ਸੰਭਵ ਹੋ ਸਕਦਾ ਸੀ ਭਾਵੇਂ ਨਿਰੰਜਦਾ ਇਸ ਗੱਲ ਵੱਲ ਬਿਲਕੁਲ ਕੋਈ ਧਿਆਨ ਨਹੀਂ ਸੀ ਕਿ ਘਰ ਕੀ ਰੰਜਦਾ ਕੀ ਪੱਕਦਾ ਫਿਰ ਵੀ ਸਾਨੂੰ ਲੱਗਦਾ ਕਿ ਅੰਦਰੋਂ ਅੰਦਰੀ ਇਹ ਸਭ ਕੁਝ ਬਾਰੇ ਹੀ ਸੋਚ ਰਿਆ ਹੋਣਾ ਨਵਿੰਦਰ ਤਾਂ ਮੇਰੇ ਨਾਲੋਂ ਵੀ ਦੁਖੀ ਸੀ ਕਿਉਂਕਿ ਉਹਦੇ ਤੋਂ ਵੱਡੇ ਥਾਂ ਯਾਨੀ ਜੇਠ ਲੱਗਦਾ ਸੀ ਅਸੀਂ ਦੋਵੇਂ ਉਸ ਅੱਗੇ ਬੇਪਰਦ ਜੇ ਮਹਿਸੂਸ ਕਰਦੇ ਸਾਂ ਆਪਣੇ ਘਰ ਦੇ ਅੱਗੇ ਉਹ ਬੇਪਰਦ ਮੈਂ ਪਹਿਲੀ ਵਾਰੀ ਹੋਇਆ ਸੀ ਉਹਨਾਂ ਨੇ ਤਾਂ ਮੇਰਾ ਘਰ ਸਦਾ ਕਲਪਨਾ ਵਿੱਚ ਹੀ ਵੇਖਿਆ ਸੀ ਮੇਰੇ ਲੱਖ ਘਟਾਉਣ ਉੱਤੇ ਵੀ ਉਹਦੀ ਤਸਵੀਰ 'ਚ ਕੋਈ ਘਾਟਾ ਕਰਨ ਲਈ ਤਿਆਰ ਨਾ ਹੁੰਦੇ। ਉਹਨਾਂ ਨੇ ਮੇਰੀ ਨੌਕਰੀ ਨੂੰ ਕਦੇ ਵੀ ਮੇਰੇ ਅਹੁਦੇ ਨਾਲੋਂ ਅਹੁਦੇ ਵੱਲੋਂ ਨਹੀਂ ਸਗੋਂ ਪੜ੍ਹਾਈ ਵੱਲੋਂ ਮਾਪਿਆ ਸੀ। ਉਹਨਾਂ ਨੂੰ ਜੱਬਦਾ ਸੀ ਕਿ ਮੈਂ ਐਮਏ ਕਰਕੇ ਕਿਤੇ ਵੀ ਲੱਗਾ ਹੋਵਾਂ ਵੱਡਾ ਅਫਸਰ ਹੀ। ਆਖਰ ਸਾਡੇ ਪਿੰਡ 'ਚ ਕਿੰਨੇ ਕੈਮੇ ਪੜੇ ਸਨ। ਇੱਕ ਮੈਂ ਸਾਂ ਤੇ ਇੱਕ ਹੋਰ ਪਰ ਹੁਣੇ ਕਮਰੇ 'ਚ ਗੁਜ਼ਰਬਸਰ ਕਰਦਾ ਅਫਸਰ ਪਰਿਵਾਰ ਬਾਈ ਨਰੰਜਨ ਦੇ ਸਾਹਮਣੇ ਸੀ। ਸ਼ਾਇਦ ਕਮਰੇ 'ਚ ਪਿਆ ਟੀਵੀ ਫਰਿੱਜ ਅਜੇ ਵੀ ਬਾਈ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਹੋਣ ਪਰ ਇਹਨਾਂ ਦੀਆਂ ਕਿਸ਼ਤਾਂ ਮੈਂ ਕਿਵੇਂ ਢਿੱਡ ਨੂੰ ਗੰਢ ਦੇ ਕੇ ਭਰ ਰਿਹਾ ਸੀ ਇਹ ਤਾਂ ਮੈਂ ਹੀ ਜਾਣਦਾ ਸੀ ਬਾਈ ਨਰੰਜ ਜਦੋਂ ਮਿਊਜ਼ੀਅਮ ਦੇਖਣ ਵਾਲਿਆਂ ਵਾਂਗ ਕਮਰੇ 'ਚ ਚਾਰੇ ਪਾਸੇ ਝਾਤੀ ਮਾਰਦਾ ਤਾਂ ਮੈਂ ਹੀਣਤਾ ਨਾਲ ਸੁੰਘੜ ਕੇ ਉਹ ਪੰਜਵਾਂ ਖੀਸਾ ਰਹਿ ਜਾਂਦਾ ਜਿਵੇਂ ਪਿੰਡ ਵਾਲੇ ਸਾਡੇ ਕੱਚੇ ਕੋਠਿਆਂ ਵਾਲੇ ਵੱਡੇ ਘਰ ਸਾਹਮਣੇ ਮੇਰਾ ਇਹ ਚਿੜੀ ਦੀ ਅੱਖ ਜਿੰਨਾ ਪੱਕਾ ਕਮਰਾ ਲੱਗਦਾ ਹੋਵੇਗਾ ਪਹਿਲੇ 1-2 ਦਿਨ ਤਾਂ ਅਸੀਂ ਮਹਿਮਾਨਾਂ ਵਾਂਗੂ ਦੀ ਚੰਗੀ ਟਹਿਲ ਸੇਵਾ ਕੀਤੀ ਸੀ ਮੈਂ ਦਫ਼ਤਰ ਤੋਂ ਕੁਝ ਪੈਸੇ ਐਡਵਾਂਸ ਲੈ ਲਏ ਸਨ ਪਰ ਜਦੋਂ ਨੇ 2 ਦਿਨ ਬਾਅਦ ਜਾਣ ਦਾ ਨਾ ਹੀ ਨਾ ਲਿਆ ਤਾਂ ਅਸੀਂ ਵੀ ਅਵੇਸਲੇ ਹੁੰਦੇ ਗਏ ਸਾਂ 1-2 ਦਿਨ ਤਾਂ ਘਰੇ ਕਮਰੇ 'ਚ ਹੀ ਪਿਆ ਰਹਿੰਦਾ ਪਰ ਫੇਰ ਉਹਨੂੰ ਲੱਗਣ ਲੱਗ ਪਿਆ ਕਿ ਉਹਦੀ ਹਾਜ਼ਰੀ 'ਚ ਨਵਿੰਦਰ ਨੂੰ ਘਰ ਦਾ ਕੰਮ ਕਰਨਾ ਤੇ ਪਹਿਣਾ ਪਹਿਣਾ ਔਖਾ ਲੱਗਦਾ ਹੋਵੇਗਾ ਇਸ ਲਈ ਉਹ ਘਰ ਤੋਂ ਥੋੜੀ ਬੇਥੋਤੇ ਬਣੀ ਪਾਰਕ ਵਿੱਚ ਦਰਖਤ ਥੱਲੇ ਜਾ ਪੈਂਦਾ ਸੀ ਤੇ ਸਾਰਾ ਦਿਨ ਸੁੱਤਾ ਰਹਿੰਦਾ ਜਿਵੇਂ ਉਮਰ ਪਰਦਾਉ ਨੀਂਦਰਾ ਹੋਵੇ ਕਈ ਵਾਰ ਤਾਂ ਮੇਰੇ ਆਉਣ ਤੋਂ ਪਿੱਛੇ ਮੁੜਦਾ ਆ ਕੇ ਰੋਟੀ ਖਾ ਕੇ ਫਿਰ ਚੁੱਪ ਕਰਕੇ ਪੈ ਜਾਂਦਾ ਉਹਦੀ ਪਟਾਰੀ ਦਾ ਹੱਸ ਜਾਣਨ ਦੀ ਸਾਡੀ ਆਸ ਊਠ ਦੇ ਬੁੱਲ ਵਾਂਗ ਲਮਕਦੀ ਰਹਿੰਦੀ ਤੇ ਆਪਣੀ ਉਤਸੁਕਤਾ ਦੂਜੇ ਦਿਨ ਉੱਤੇ ਛੱਡ ਕੇ ਅਸੀਂ ਸੌਂ ਜਾਂਦੇ ਚਾਰਕ ਦਿਨਾਂ ਬਾਅਦ ਜਦੋਂ ਮਹਿਸੂਸ ਹੋਇਆ ਕਿ ਜਿਵੇਂ ਉਹ ਸਾਡੇ ਤੋਂ ਵੀ ਵੱਧ ਬੇਚੈਨ ਸੀ ਅੰਦਰੋਂ ਕੁਝ ਦੱਸਣ ਲਈ ਤੰਗ ਰਿਹਾ ਤੇ ਅੰਦਰੋਂ-ਅੰਦਰ ਹੀ ਘੁਲ ਰਿਹਾ ਕਦੇ ਤਾਂ ਚੁੱਪਚਾਪ ਟਿਕ ਟਿਕੀ ਲਾਈਟ ਛਤ ਵੱਲ ਝਾਕਦਾ ਰਹਿੰਦਾ ਤੇ ਕਦੇ ਇਉਂ ਛਟ ਪਟਾਉਣ ਲੱਗ ਪੈਂਦਾ ਜਿਵੇਂ ਕਸਾਈ ਦੇ ਖੋਖੇ ਚ ਲੱਤਾਂ ਬੰਨ ਕੇ ਸਿੱਟਿਆ ਕੁੱਕੜ ਛੁੱਟਣ ਲਈ ਜਾਈਂ ਜ਼ੋਰ ਲਾ ਰਿਹਾ ਹੋਵੇ ਉਹ ਮੂੰਹ ਸਿਰ ਖੇਸਟ ਵਲੇਟ ਕੇ ਪੈ ਜਾਂਦਾ ਕਿਤੇ ਇਹਨੂੰ ਉਹੀ ਲੱਛ ਨਾ ਉੱਠੀ ਹੋਵੇ ਮੈਂ ਉਹਦੀ ਅਜੀ ਹਾਲਤ ਵੇਖ ਕੇ ਸੋਚਦਾ ਬਾਈ ਨਰੰਜ ਨੂੰ ਆਪਣੇ ਵਿਆਹ ਤੋਂ ਪਿੱਛੋਂ ਇਹ ਲੱਛ ਉੱਠਣ ਲੱਗੀ ਸੀ ਉਦੋਂ ਮਸਾ 15 ਕੁ ਬਰਿਆਂ ਦਾ ਸੀ ਤੇ ਮੈਂ ਪ੍ਰਾਇਮਰੀ ਸਕੂਲ 'ਚ ਪੜਦਾ ਸੀ ਜੋ ਦੋਨੋਂ ਲੱਛਟ ਉੱਟਦੀ ਤਾਂ ਹਰ ਗੱਲ ਵੱਲੋਂ ਬਾਗੀ ਜਿਹਾ ਹੋ ਜਾਂਦਾ ਜਿਹੜਾ ਕੰਮ ਕਰਨ ਤੋਂ ਰੁਕਦੇ ਉਹ ਜ਼ਰੂਰ ਕਰਦਾ ਜੋ ਵੀ ਨਸ਼ਾ ਹੱਥ ਲੱਗਦਾ ਖਾ ਲੈਂਦਾ ਜੇ ਪੈਸੇ ਹੱਥ ਆ ਜਾਂਦੇ ਤਾਂ ਜੂਏ 'ਚ ਹਰਾ ਦਿੰਦਾ ਘਰ ਦੇ ਖਰਚ ਬੰਦ ਕਰ ਦਿੰਦੇ ਤੇ ਘਰ ਦਾ ਸਮਾਨ ਵੀ ਨਾ ਚੱਕਣ ਦਿੰਦੇ ਤਾਂ ਡੇਰੇ 'ਚੋਂ ਸੁੱਖਾ ਪੀ ਆਉਂਦਾ ਗਰਮੀਆਂ ਦੇ ਦੁਪਹਿਰੇ ਸਵਾਦ 'ਚ ਪਿਆ ਮੁੜਕੇ ਨਾਲ ਭੇਜਦਾ ਰਹਿੰਦਾ ਬੇਬੇ ਕਹਿੰਦੀ ਸੀ ਕਿ ਛੋਟਾ ਹੁੰਦਾ ਉਹ ਚ ਰਸਤੇ 'ਚ ਕੀਤਾ ਟੂਣਾ ਟੱਪ ਗਿਆ ਸੀ ਸ਼ਾਇਦ ਉਹਦਾ ਅਸਰ ਹੀ ਸੀ ਉਸ ਉੱਤੇ ਫੇਰ ਨਰੰਜ ਤੋਂ ਕਣ ਮੁੱਠੀ ਕਦਾਣੇ ਵਾਰਦੀ ਵੱਡੇ-ਵਡੇਰਿਆਂ ਦੇ ਨਿਰਵਰਤ ਗਹਿਣੇ ਚੱਕਦੀ ਅੰਮਾ ਦੀ ਪੰਜੀਰੀ ਸੁੱਖਦੀ ਤੇ ਧੀ ਧਿਆਣੀਆਂ ਵੀ ਖਵਾਉਂਦੀ ਪਰ ਨਰੰਜ ਨੂੰ ਕਿਸੇ ਗੱਲ ਨਾਲ ਆਰਾਮ ਨਾ ਆਉਂਦਾ ਉਹ ਰਾਤ ਨੂੰ ਉੱਚੀ-ਉੱਚੀ ਰੋਂਦਾ ਸਿਰ ਕੋਕਾਉਂਦਾ ਤੇ ਗਾਲਾਂ ਕੱਢਦਾ ਡੇਰੀ ਵਾਲੇ ਸਾਤ ਤੋਂ ਤਵੀਤ ਕਰਾ ਕੇ ਨਰੰਜ ਦੇ ਡੋਲੇ ਉੱਤੇ ਵੀ ਬੰਨ੍ਹਦੇ ਤੇ ਢੋਲ ਕੇ ਵੀ ਪਿਆਉਂਦੇ ਪਰ ਉਹਨੂੰ ਕੋਈ ਮੋੜ ਨਾ ਪੈਂਦਾ ਜਦੋਂ ਉਹਨੂੰ ਲੱਜ ਉੱਠਦੀ ਤਾਂ ਉਸ 'ਚ ਚਾਰ ਬੰਦਿਆਂ ਜਿੰਨਾ ਜ਼ੋਰ ਆ ਜਾਂਦਾ ਉਹਨੂੰ ਫੜਨ ਲੱਗਦੇ ਤਾਂ ਫੜਿਆ ਨਾ ਜਾਂਦਾ ਉਹਦੀ ਘਰ ਵਾਲੀ ਭਾਵੇਂ ਉਹ ਤੋਂ 10-15 ਸਾਲ ਵੱਡੀ ਤੇ ਜਰਵਾਨੀ ਵੀ ਸੀ ਪਰ ਜੇ ਉਹ ਫੜਨ ਲੱਗਦੀ ਤਾਂ ਉਹ ਅੱਗੋਂ ਅਜਿਹੀ ਥੌਲ ਮਾਰਦਾ ਕਿ ਲੁੱਟੜੀਆਂ ਖਾਂਦੀ ਪਰੇ ਜਾਂ ਡਿੱਗਦੀ ਤੇ ਜਦੋਂ ਹੋਸ਼ ਚ ਆਉਂਦਾ ਤਾਂ ਉਸੇ ਘਰ ਵਾਲੀ ਅੱਗੇ ਅੱਖ ਨਾ ਚੁੱਕ ਸਕਦਾ ਹੱਥ ਤਾਂ ਚੁੱਕਣੇ ਹੀ ਕੀ ਸੀ ਤੇ ਜਦੋਂ ਸਭ ਤਵੇ ਧਾਗੇ ਕਰਾਂ ਕਰਾਂ ਹੰਬ ਜਾਂਦੇ ਤਾਂ ਉਹਨੂੰ ਰੱਬ ਆਸਰੇ ਛੱਡ ਦਿੰਦੇ ਉਹ ਦਸਾਂ ਪੰਦਰਾਂ ਦਿਨਾਂ ਚ ਆਪੇ ਖੇਤ ਪੱਤ ਜਾਣ ਲੱਗ ਪੈਂਦਾ ਤੇ ਹੌਲੀ ਹੌਲੀ ਇਉਂ ਹੋ ਜਾਂਦਾ ਜਿਵੇਂ ਉਹਨੂੰ ਕਦੇ ਕੁਝ ਹੋਇਆ ਹੀ ਨਹੀਂ ਸੀ ਇਸ ਲਈ ਘਰ ਦੇ ਹੁਣ ਉਹਦਾ ਫਿਕਰ ਕਰਨੋਂ ਹਟ ਗਏ ਸਰ ਹੁਣ ਜਦੋਂ ਪਿਆ ਪਿਆ ਉਹ ਆਪਣੀਆਂ ਉਂਗਲਾਂ ਮਰੋੜਨ ਲੱਗ ਪੈਂਦਾ ਦੰਦ ਕਰੀਚਦਾ ਟਿਕ ਟਿਕੇ ਲਾ ਕੇ ਛੱਤ ਵੱਲ ਵੇਖਣ ਲੱਗ ਪੈਂਦਾ ਤਾਂ ਮੈਂ ਡਰ ਜਾਂਦਾ ਕਿ ਕਿਤੇ ਇਹਨੂੰ ਉਹੀ ਲੱਛਣ ਨਾ ਉੱਠ ਖੜੋਵੇ ਇਸ ਲਈ ਕੁਝ ਨਾ ਪੁੱਛਦਾ ਸਵੇਰੇ ਸਵੇਰੇ ਦਫ਼ਤਰ ਜਾਣ ਵੇਲੇ ਉਹ ਕੁਝ ਨਾ ਕੁਝ ਠੀਕ ਹੁੰਦਾ ਤਾਂ ਮੈਂ ਉਸ ਅੰਦਰਲੀ ਗੱਲ ਜਾਣਨ ਲਈ ਪੁੱਛਦਾ ਬਾਈ ਕੰਮ ਕਮ ਤਾਂ ਹੁਣ ਘਾਟੇ ਹੋ ਵੇਲੇ ਹੀ ਹੋਵੰਗੇ ਵੇਲੇ ਕੋ ਹੈਰਾਨੀ ਨਾ ਲੱਗਦਾ ਕਮਲਿਆ ਜੱਟ ਵੀ ਕਿਤੇ ਵੇਲਾ ਹੁੰਦਾ ਤੇ ਫੇਰ ਉਹ ਵੀ ਗਰੀਬ ਜੱਟ ਜੱਟਾਂ ਨੂੰ ਤਾਂ ਸਿਰ ਖੁਰਕਣ ਦੀ ਵੇਹਲ ਨਹੀਂ ਮਿਲਦੀ ਨਰਮਾ ਜੇ ਬੀਜੇ ਨੂੰ 20 ਦਿਨ ਨਹੀਂ ਹੋਏ ਤੇ ਖੱਬਲ ਸਿਰ ਚੱਕ ਵੀ ਆਉਂਦਾ ਭਾਦੋਂ ਤੱਕ ਖੱਬਲ ਮਾਰੀ ਜਾਵਾਂਗੇ ਬਸ ਤੇ ਫੇਰ ਉਹ ਕੰਮਾਂ ਦੀ ਸੋਚੀ ਘਣਾਉਣ ਲੱਗ ਪੈਂਦਾ ਪਰ ਮੇਰੀ ਦਫ਼ਤਰ ਜਾਣ ਦੀ ਕਾਲ ਨੂੰ ਵੇਖ ਕੇ ਚੁੱਪ ਕਰ ਜਾਂਦਾ ਤੇ ਜੇ ਸਿਰ ਖੁਰਕਣ ਦੀ ਵੇਹਲ ਨਹੀਂ ਤਾਂ ਫਿਰ ਇੱਥੇ ਕਿਉਂ ਡੇਰਾ ਲਾਈ ਬੈਠਾ ਹੈ ਲਾਈ ਮੈਂ ਸੋਚਦਾ ਪਰ ਚੁੱਪ ਰਹਿੰਦਾ ਇਹ ਤਾਂ ਤੁਹਾਡੇ ਸ਼ਹਿਰਾਂ ਦੀ ਮौज ਹੈ ਅਖੇ ਐਤਵਾਰ ਨੂੰ ਕੋਈ ਕੰਮ ਨਹੀਂ ਕਰਨਾ ਸਾਡੀ ਛੁੱਟੀ ਹੈ ਜੱਟਾਂ ਦੀ ਭਰਾਵਾ ਕਦੇ ਵੀ ਛੁੱਟੀ ਨਹੀਂ ਹੁੰਦੀ ਦਿਨ ਰਾਤ ਚੱਲ ਸੋਚਾਂ ਲੀ ਰਹਿੰਦੀ ਹੈ ਬਾਾਈ ਐਵੇਂ ਲੱਗਦਾ ਤੈਨੂੰ ਤੂੰ ਮੇਰੇ ਨਾਲ ਜਾ ਕੇ ਵੇਖੇ ਤਾਂ ਪਤਾ ਲੱਗੇ ਕਿ ਕਿਵੇਂ 6 ਘੰਟੇ ਤੋਂ ਉੱਟ ਕੇ ਕੰਮ ਕਰਨਾ ਪੈਂਦਾ ਆ ਮੋਰਾਂ ਚ ਚੰਗਿਆੜੇ ਨਿਕਲਣ ਲੱਗ ਜਾਂਦੇ ਆ ਮੈਂ ਆਪਣੇ ਮੋਰਾਂ ਨੂੰ ਦਬਾਉਂਦਿਆਂ ਕਿਆ ਤੇ ਦਫ਼ਤਰ ਜਾਣ ਲਈ ਸਾਈਕਲ ਚੁੱਕ ਲਿਆ। ਚਲ ਅੱਜ 13 ਕੰਮ ਵੀ ਵੇਖ ਹੀ ਆਉਣੇ ਆ। ਖੜੀ ਮੜਾ ਜਾ। ਕਹਿ ਕਿ ਉਹ ਮੇਰੇ ਨਾਲ ਦਫ਼ਤਰ ਜਾਣ ਲਈ ਤਿਆਰ ਹੋ ਗਿਆ। ਸ਼ਾਇਦ ਰਾਜ ਜੀ ਕੁਝ ਦੱਸ ਦੇਵੇ। ਇਹ ਸਾਸ ਨਾਲ ਮੈਂ ਉਹਨੂੰ ਰੋਕਿਆ ਨਾ ਤੇ ਦਫ਼ਤਰ ਲੈ ਗਿਆ। ਅਖਬਾਰ ਦੇ ਦਫ਼ਤਰ 'ਚ ਉਸ ਨਾਲ ਬਹਿ ਕੇ ਗੱਲਾਂ ਮਾਰਨ ਦਾ ਵਕਤ ਮੇਰੇ ਕੋਲ ਕਿੱਥੇ ਸੀ? ਇਸ ਲਈ ਥੋੜਾ ਜਿਹਾ ਚਿਰ ਤਾਂ ਮੇਰੇ ਕੋਲ ਗਮਸਮ ਬੈਠਾ ਰਿਹਾ। ਫੇਰ ਆ ਕੇ ਗੇਟ ਤੇ ਖੜੇ ਸਿਕਿਉਰਿਟੀ ਵਾਲਿਆਂ ਤੇ ਸੇਵਾਦਾਰਾਂ ਕੋਲ ਬੈਠ ਗਿਆ। ਉਸਾਰਾ ਦਿਨ ਉੱਥੇ ਬੈਠਾ ਰਿਹਾ। ਛੁੱਟੀ ਤੋਂ ਪਿੱਛੋਂ ਜਦ ਘਰੇ ਆਉਣ ਲੱਗੇ ਤਾਂ ਉਹਨੇ ਸਾਈਕਲ ਦੇ ਕੈਰੀਅਰ ਉੱਤੇ ਬੈਠਦੇ ਆ ਗਿਆ। ਆ ਥੱਲੇ ਖੜਨ ਵਾਲੇ 3-4 22 ਤਾਂ ਮੇਰੇ ਵਾਂਗੂ ਮਾੜਾ ਮੋਟਾ ਹੀ ਪੜੇ ਹੋਇਆ। ਐਵੇਂ ਪੋਚਵੀਆਂ ਪੱਗਾਂ ਨਾਲ ਹੀ ਲੱਗਦੇ ਆ ਜੈਂਟਲਮੈਨ। ਪਰ ਆਉਣ-ਜਾਉਣ ਵਾਲਿਆਂ ਦੀ ਤਾਂ ਇਹ ਵੀ ਪਤੰਦਰ ਪਦੀੜ ਹੀ ਪਾਈ ਰੱਖਦੇ ਆ। ਜਿਹਨੂੰ ਮਰਜ਼ੀ ਲੰਘਣ ਦੇਣ ਤੇ ਜਿਹਨੂੰ ਮਰਜ਼ੀ ਰੋਕ ਲੈਣ। ਮੈਂ ਉਹਦੀ ਗੱਲ-ਵਾਲ ਬਹੁਤਾ ਧਿਆਨ ਨਾ ਦਿੱਤਾ। ਥੱਕੇਵੇਂ ਤੇ ਨਿਰੰਜ ਉੱਤੇ ਆਰੇ ਗੁੱਸੇ ਕਾਰਨ ਮੇਰਾ ਮਨ ਖਿਜਿਆ ਹੋਇਆ ਸੀ। ਕਿੱਥੋਂ ਦੱਦ ਲੱਗਿਆ ਸਾਰਾ ਸਿੱਧਰ ਆ ਗਿਆ ਨਾਕਲ ਨਾ ਮੌਤ ਮੈਂ ਅੱਗੋਂ ਹਵਾ ਹੋਣ ਕਾਰਨ ਦੋ ਸਵਾਰੀਆਂ ਨੂੰ ਖਿੱਚਦਿਆਂ ਹੌਂਕਦੇ ਹੋਏ ਸੋਚਿਆ ਮੈਨੂੰ ਉਹ ਭਾਰ ਭਾਰ ਸਾਂ ਆ ਰਿਹਾ ਸੀ ਜਿਵੇਂ ਬੁਜੀ ਪੱਠੀ ਵਿੱਚੋਂ ਕੋਲੇ ਝਾੜਦਿਆਂ ਸਵਾਹ ਉੱਡ ਰਹੀ ਹੋਵੇ ਮੈਨੂੰ ਬਾਪੂ ਹੋਰਾਂ ਤੇ ਵੀ ਹਰਖਾਇਆ ਜਿਨ੍ਹਾਂ ਨੇ ਹਫਤਾ ਹੋ ਜਾਣ ਬਾਅਦ ਵੀ ਨਰੰੰਜ ਦਾ ਪਤਾ ਹੀ ਨਹੀਂ ਸੀ ਲਿਆ ਸਭ ਤੋਂ ਵੱਧ ਕ੍ਰੋਧ ਮੈਨੂੰ ਇਸ ਗੱਲ ਤੇ ਆ ਰਿਹਾ ਸੀ ਕਿ ਉਹਨੇ ਆਪਣੇ ਅੰਦਰ ਦਾ ਰਹਾਸ ਦੱਸੇ ਬਿਨਾ ਇੱਕ ਹੋਰ ਦਿਨ ਲੰਗਾ ਦਿੱਤਾ ਸੀ ਹਰਕੇ ਮੈਂ ਵੀ ਇਹ ਗੱਲ ਦਿਮਾਗ ਚੋਂ ਕੱਢਣੀ ਸ਼ੁਰੂ ਕਰਤੀ ਕਿ ਨਰੰਜ ਕਿਉਂ ਆਇਆ ਸੀ ਕਦ ਜਾਣਾ ਸੀ ਆਖਰ ਕਿੰਨੇ ਕਚਿਰ ਬੈਠਾ ਰਹੂਗਾ ਕਦੇ ਤਾਂ ਜਾਊਗਾ ਹੀ ਮੈਂ ਇਹ ਸੋਚ ਕੇ ਮਨ ਨੂੰ ਤਰਵਾਸ ਦੇ ਲਿਆ ਸੀ ਇੱਕ ਦਿਨ ਮੈਂ ਰਾਤ 8:00 ਵਜੇ ਡਿਊਟੀ ਤੋਂ ਆਇਆ ਤੇ ਨਵਿੰਦਰ ਨੇ ਸੰਸੇ ਨਾਲ ਦੱਸਿਆ ਕਿ ਬਾਈ ਨਰੰਜ ਸਵੇਰ ਦਾ ਨਿਕਲਿਆ ਅਜੇ ਨਹੀਂ ਮੁੜਿਆ ਸੀ ਹੋਰ ਕੀ ਇਹ ਸੁੱਖ ਦੇਣ ਆਇਆ ਮੈਂ ਖਿੱਚ ਕੇ ਗਿਆ ਤੇ ਉਹਨੀ ਪੈਰੀ ਸਾਈਕਲ ਮੋੜ ਕੇ ਉਹਨੂੰ ਪਾਲਣ ਤੁਰ ਪਿਆ ਨੀੜਲੇ ਬਾਜ਼ਾਰ ਚ ਦੋ ਤਿੰਨ ਚੱਕਰ ਕੱਢੇ ਉਹ ਨਾ ਦਿਸਿਆ ਉਸ ਪਾਰਕ ਵਿੱਚ ਜਿੱਥੇ ਉਹ ਸਾਫਾ ਵਜਾ ਕੇ ਦਰਖਤ ਥੱਲੇ ਸੌਂ ਜਾਂਦਾ ਸੀ ਮੈਂ ਕਈ ਵਾਰ ਵੇਖਿਆ ਪਰ ਉਹ ਕਿਤੇ ਨਹੀਂ ਸੀ ਡਿੱਗਿਆ ਰੁਪਈਆ ਭਾਲਣ ਲਈ ਬਾਰ-ਬਾਰ ਉਹ ਜੇਬਾਂ ਫਰੋਲਣ ਵਾਲਿਆਂ ਵਾਂਗ ਮੈਂ ਬਾਰ-ਬਾਰ ਬਾਜ਼ਾਰ ਤੇ ਪਾਰਕ ਦੇ ਗੇੜੇ ਕੱਡੇ ਪਰ ਉਹ ਨਾ ਮਿਲਿਆ ਘੰਟਾ ਕੁ ਪਕਾਈ ਕਰਕੇ ਘਰ ਮੁੜਿਆ ਤੇ ਮੇਰੇ ਆਉਂਦੇ ਨੂੰ ਘਰੇ ਆਇਆ ਬੈਠਾ ਸੀ ਮੁੜ ਕੋ ਮੁੜ ਕੇ ਕੁੜਤਾ ਮਿੱਟੀ ਨਾਲ ਅੱਕੜਿਆ ਹੋਇਆ ਮੱਥੇ ਤੇ ਸ਼ੋਰੇ ਰਲੇ ਪਸੀਨੇ ਦੀਆਂ ਲਕੀਰਾਂ ਦਾੜੀ ਉੱਤੇ ਧੂੜ ਜੰਮੀ ਹੋਈ। ਇੰੋਂ ਲੱਗਦਾ ਸੀ ਜਿਵੇਂ ਖੇਤੋਂ ਹਲਵਾ ਕੇ ਮੁੜਿਆ ਹੋਵੇ। ਮੈਂ ਜੇ ਉਹਦੇ ਦੇਰੀ ਨਾ ਲਾਉਣ ਦਾ ਕਾਰਨ ਪੁੱਛਣ ਹੀ ਵਾਲਾ ਸੀ ਕਿ ਮੈਨੂੰ ਵੇਖ ਕੇ ਪਹਿਲਾਂ ਹੀ ਬੋਲ ਪਿਆ। ਮੈਨੂੰ ਉੱਥੇ ਕੁਵੇਲਾ ਹੀ ਹੋ ਗਿਆ। ਮੈਂ ਆਖਿਆ ਬਾਈ ਹੋਰੀ ਚੋਰਾ ਕਰਦੇ ਹੋਣਗੇ। ਫਿਰ ਕਾਲੀ ਨਾਲ ਤੁਰਿਆ ਆਇਆ, ਮੁੜ ਕੋ ਮੁੜ ਕੇ ਹੋ ਗਿਆ। ਮੈਂ ਮਾੜਾ ਜਿਹਾ ਪਿੰਡਾ ਠੰਡਾ ਕਰ ਲਾਂ, ਫਿਰ ਦੱਸਦਾ ਸਾਰੀ ਅ ਸਟੋਰੀ। ਕਹਿ ਕੇ ਉਹ ਸਾਫਾ ਚੁੱਕ ਕੇ ਨਹਾਉਣ ਜਾਂਦਾ ਰਿਹਾ। ਮੈਨੂੰ ਗੁੱਸਾ ਤਾਂ ਬਹੁਤ ਸੀ ਪਰ ਮੈਂ ਚੁੱਪ ਰਿਹਾ। ਬਾਈ ਨਰੰਗ ਦੇ ਬੋਲਾਂ 'ਚ ਇੱਕ ਖਾਸ ਤਰ੍ਹਾਂ ਦਾ ਹੁਲਾਸ ਤੇ ਚਿਹਰੇ ਉੱਤੇ ਖੁਸ਼ੀ ਦੇ ਭਾਵ ਸਨ ਨਾਲੇ ਉਹ ਆਪ ਅ ਸਟੋਰੀ ਦੱਸਣ ਦੀ ਗੱਲ ਕਹਿ ਕੇ ਗਿਆ ਸੀ ਲੱਗਦਾ ਸੀ ਅੱਜ ਸਭ ਕੁਝ ਦੱਸ ਦਏਗਾ ਇਹ ਸੋਚ ਕੇ ਮੈਂ ਆਪਣੇ ਚਿਹਰੇ ਉੱਤੇ ਗੁੱਸੇ ਦੇ ਭਾਵ ਨੂੰ ਦਬਾ ਲਿਆ ਤੇ ਆਪਣੇ ਆਪ ਨੂੰ ਆਮ ਹਾਲਤ 'ਚ ਲਿਆਉਣ ਦਾ ਯਤਨ ਕਰਨ ਲੱਗਾ ਪਾਣੀ ਦਾ ਗਲਾਸ ਲਿਆਈ ਨਵਿੰਦਰ ਨੇ ਕਮਰੇ 'ਚ ਬਣੀ ਬਿਨ ਦਰਵਾਜ਼ਿਆਂ ਵਾਲੀ ਬਾਰੀ ਵੱਲ ਸਹਨਤ ਕਰਕੇ ਮੇਰਾ ਧਿਆਨ ਦਾਰੂ ਦੀ ਬੋਤਲ ਵੱਲ ਦਿਵਾਇਆ ਬੋਤਲ ਕੋਲ ਇੱਕ ਭੂਜੀਏ ਦਾ ਪੈਕੇਟ ਪਿਆ ਸੀ ਮੈਨੂੰ ਜਾਪਿਆ ਨਰੰਜਬਾਈ ਮੇਰਾ ਨੱਕ ਵੱਡਣ ਖਾਤਰ ਹੀ ਬੋਤਲ ਲਿਆਇਆ ਸੀ ਕਿਉਂਕਿ ਮੈਂ ਨਾ ਸੱਤਾਂ ਦਿਨਾਂ ਚ ਪਹਿਲੇ 1-2 ਦਿਨਾਂ ਨੂੰ ਛੱਡ ਕੇ ਉਹਨੂੰ दारू ਦੀ ਸੁਲਾਈ ਨਹੀਂ ਸੀ ਮਾਰੀ ਮੀਨੇ ਦੀ ਆਖਰੀ ਤਰੀਕਾਂ ਚ ਮੈਂ ਕਈ ਕੁਝ ਸੋਚ ਕੇ ਇਸ ਖਰਚ ਤੋਂ ਗੁਰੇਜ਼ ਹੀ ਕੀਤਾ ਸੀ ਆ ਮੰਦਰਾ ਮਾੜੇ ਜੇ ਤਰਾਰੇ ਚ ਹੋਈਏ ਐਵੇਂ ਤਾਂ ਸਾਲੀ ਕੋਈ ਗੱਲ ਹੀ ਨਹੀਂ ਉੜਦੀ ਐਵੇਂ ਕਿਸੇ ਨੇ ਆਖਿਆ ਆਖੇ ਕਿਉਂ ਮੱਲਾ ਨੂੰ ਤੇ दारू ਗੱਲਾਂ ਨੂੰ ਗੁਸਲਖਾਨੇ ਚੋਂ ਨਿਕਲ ਕੇ ਨਰੰਜਨੇ ਬੋਤਲ ਚੱਕ ਕੇ ਮੇਰੇ ਕੋਲ ਬੈਂਦੇ ਆ ਗਿਆ ਮੇਰਾ ਮਨ ਕੀਤਾ ਕਿ ਪੇਣ ਤੋਂ ਜਵਾਬ ਦੇ ਦਿਆਂ ਪਰ ਫਿਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਗੱਲ ਮਸਾ ਮਸਾਂ ਰੁਖਸਿਰ ਹੋਣ ਲੱਗੀ ਸੀ ਮੈਂ ਉੱਠ ਕੇ ਰਸੋਈ ਵਿੱਚੋਂ ਗਲਾਸ ਟੁੱਕ ਲਿਆ ਨਰੰਜਨ ਨੇ ਪਹਿਲੀਆਂ ਜਿਹੀ ਗਲਾਸ ਦੇ ਅੱਧੇ ਕਰ ਲਈ ਮੈਂ ਤਾਂ ਸਿਪ ਕਰਦਾ ਰਿਹਾ ਪਰ ਉਹ ਡੀਕ ਲਾ ਕੇ ਪੀ ਗਿਆ 5 ਕੁ ਮਿੰਟ ਤੋਂ ਮੇਰੇ ਗਲਾਸ ਦੇ ਖਾਲੀ ਹੋਣ ਦੀ ਉਡੀਕ 'ਚ ਬੈਠਾ ਰਿਹਾ ਪਰ ਫਿਰ ਇਹ ਕਹਿੰਦੇ ਆ ਗਲਾਸ ਮੋੜ ਪਰ ਲਿਆ ਤੂੰ ਤਾਂ ਬਾਈ ਚੁੰਝ ਜੀ ਲਾ ਕੇ ਰੱਖ ਦਿੰਨਾ ਐਂ ਤਾਂ ਇਹ ਸੌਰੀ ਮਹੀਨਾ ਨਹੀਂ ਮੁੱਕਣੀ ਸਾਨੂੰ ਉਠਾ ਨੂੰ ਗੁੜਤੀਆਂ ਨਾਲ ਕੀ ਬਣਦਾ ਹੈ ਦੂਜਾ ਗਲਾਸ ਪੀਨੇ ਨਰੰਜ ਦੀਆਂ ਅੱਖਾਂ 'ਚ ਨਸ਼ੇ ਦੇ ਡੋਰੇ ਉੱਤਰਨੇ ਸ਼ੁਰੂ ਹੋ ਗਏ ਇਹਨਾਂ ਡੋਰਿਆਂ ਦਾ ਰੰਗ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਮੈਂ ਆਪਣੇ ਸ਼ਹਿਰੀ ਦੋਸਤਾਂ ਦੀਆਂ ਅੱਖਾਂ 'ਚ ਤੈਰ ਦਾ ਵੇਖਿਆ ਸੀ ਇੱਕ ਮਸਤੀ ਭਰਿਆ ਸਰੂਰ ਬਾਈ ਨਰੰਜ ਦੀਆਂ ਅੱਖਾਂ 'ਚ ਤੱਕ ਸੁਮੈਲੀ ਜੀ ਲਾਲੀ ਉਤਰਾਈ ਸੀ ਬਿਲਕੁਲ ਉਸ ਗੈਰ ਵਰਗੀ ਜਿਹੜੀ ਜੇਠ ਹੜ ਦੇ ਦਿਨਾਂ 'ਚ ਮੀਂਹ ਪੈਣ ਤੋਂ ਪਹਿਲਾਂ ਆਕਾਸ਼ ਨੂੰ ਟਕੀ ਰੱਖਦੀ ਹੈ ਮੈਂ ਉਹਨੂੰ ਉਹਦੀ ਅ ਸਟੋਰੀ ਦੱਸਣ ਵਾਲੀ ਗੱਲ ਯਾਦ ਕਰਾਉਣੀ ਚਾਹੁੰਦਾ ਸੀ ਪਰ ਉਹਦੀਆਂ ਅੱਖਾਂ ਦੀ ਗਹਿਰ ਵੇਖ ਕੇ ਮੇਰਾ ਹੌਸਲਾ ਨਾ ਪਿਆ ਚੰਗਾ ਹੋਇਆ ਉਹਨੇ ਆਪ ਹੀ ਗੱਲ ਛੇੜ ਲਈ ਮੰਦਰਾ ਤੇਰਾ ਕੰਮ ਭੰਨੇ ਮੈਂ ਤਾਂ ਆਪਦੇ ਅੱਖੀਂ ਵੇਖ ਲਿਆ ਕਿਸੇ ਸਾਲੇ ਦੀ ਹੈ ਹੈ ਨਹੀਂ ਖੈ ਖੈ ਨਹੀਂ ਆਪਦੀ ਨੀਂਦ ਸੌਣਾ ਹੈ ਤੇ ਆਪਦੀ ਜਾਗਦਾ ਜਾਣੀ ਦੀ ਤੇਰੀ ਇਹ ਨਿੱਕੀ ਜੀ ਰਿਆਸਤ ਹੈ ਕੋਈ ਲੜਾਈ ਨਹੀਂ ਪੜਾਈ ਨਹੀਂ ਆਪ ਦਾ ਆਰਾਮ ਦੀ ਰੋਟੀ ਖਾਣਾ ਤੈਨੂੰ ਵੇਖ ਕੇ ਮੇਰਾ ਤਾਂ ਸੇਰ ਖੂਨ ਵਧ ਗਿਆ ਵੀ ਸਾਡਾ ਛੋਟਾ ਭਾਈ ਸੁੱਖ ਦੇ ਟੁਕੜੇ ਤੱਕ ਪੜ ਗਿਆ ਸ਼ਹਿਰ ਵਰਗੀ ਮੌਜ ਨਹੀਂ ਕਿਤੇ ਨਰੰਜਨ ਨੇ ਫੇਰ ਗਲਾਸ ਭਰ ਲਿਆ ਕਿਉਂ ਬਾਈ ਮੁਖਾਲ ਕਰਦਾ ਸਾਰਾ ਦਿਨ ਮਾਲਕਾ ਮੁਰੇ ਚੌਂ ਚੌਂ ਕਰਦੇ ਆ ਨੰਗ ਜੱਟ ਦੀ ਤੀਵੀਂ ਵਾਲਾ ਹਾਲ ਹੋ ਜਾਂਦਾ ਕਿਤੇ ਰਾਤ ਦੀ ਡਿਊਟੀ ਤੇ ਕਦੇ ਦਿਨ ਦੀ ਤੇ ਤਨਖਾਹ ਦੇਂਦੇ ਆ ਨਹੀਂ ਸਾਲਿਆਂ ਦੀ ਜਾਨ ਨਿਕਲਦੀ ਐ ਮੈਂ ਆਪਣੀਆਂ ਮੁਸ਼ਕਲਾਂ ਦੱਸਣੀਆਂ ਚਾਹੀਆਂ 15 ਐ ਮਾਰੀ ਮੂਟੀ ਔਖਤਾ ਹੁੰਦੀ ਹੈ ਪਰ ਤੂੰ ਉਸ ਨਰਕ ਚੋਂ ਨਿਕਲ ਆਇਆ ਸ਼ੁਕਰ ਕਰ ਹੁਣ ਆਪਣੇ ਘਰੇ ਜੀਉਣ ਦਾ ਕੋਈ ਹੱਜ ਨਹੀਂ ਰਿਹਾ ਨਰਕ ਹੈ ਨਿਰਾ ਨਰਕ ਜੀ ਕਰਦਾ ਬੰਦਾ ਕਿਧਰੇ ਰੂਹੀ ਵੀ ਆਪਾਂ ਨੂੰ ਭੱਜ ਜੇ ਉਸ ਤੋਂ ਨਿਰਾੰਜ ਦੀ ਗੱਲ ਸੁਣ ਕੇ ਮੇਰਾ ਮਨ ਕਾਲਾ ਪੈਣ ਲੱਗ ਗਿਆ ਮੈਨੂੰ ਪਤਾ ਸੀ ਉਹ ਹੁਣ ਘਰ ਦੀਆਂ ਤੰਗੀਆਂ ਦਾ ਉਹੀ ਕਿੱਸਾ ਦੁਹਰਾਏਗਾ ਜਿਹੜਾ ਮੈਂ 20 ਵਾਰੀ ਸੁਣ ਚੁੱਕਿਆ ਸੀ ਜਿਸ ਦਾ ਅੰਤ ਹਿੰਦੀ ਦੀਆਂ ਫਾਰਮੂਲਾ ਫਿਲਮਾਂ ਵਾਂਗੂ ਕੋਈ ਹੋਣਾ ਸੀ ਕਮ ਮਹੀਨੇ ਦੇ ਮਹੀਨੇ ਘਰ ਪੈਸੀ ਭੇਜਿਆ ਕਰ ਮੈਂ ਕਿੰਨੀ ਵਾਰੀ ਜਵਾਬ ਦੇ ਚੁੱਕਾ ਸੀ ਕਿ ਮੇਰਾ ਇਕੱਲੇ ਦੀ ਤਨਖਾਹ ਨਾਲ ਸਾਡਾ ਆਪਣਾ ਗੁਜ਼ਾਰਾ ਹੀ ਮਸਾ ਚੱਲਦਾ ਸੀ ਨਾਲੇ ਮੈਨੂੰ ਉਹ ਦਿਨ ਕਿਹੜਾ ਅਜੇ ਭੁੱਲੇ ਸੀ ਜਦੋਂ ਨਰੰਜਬਾਈ ਤੇ ਭਾਬੀ ਨੇ ਕਲੇਸ਼ ਪਾ ਕੇ ਮੇਰੀ ਬੀਏ ਦੇ ਅੱਗੇ ਦੀ ਪੜ੍ਹਾਈ ਲਈ ਖਰਚ ਬੰਦ ਕਰਾ ਦਿੱਤਾ ਸੀ ਤੇ ਮੈਨੂੰ ਮਾਮੂਲੀ ਨੌਕਰੀ ਦੇ ਨਾਲ ਨਾਲ ਐਵੇਂ ਪ੍ਰਾਈਵੇਟ ਤੌਰ ਤੇ ਕਰਨੀ ਪਈ ਸੀ ਮੈਂ ਤਾਂ ਆਪਣੇ ਵੱਲੋਂ ਫਿਰ ਵੀ ਪਲਮਾਨਸੀ ਵਿਖਾਈ ਸੀ ਵੀ ਆਪਣੇ ਹਿੱਸੇ ਦੀ ਦੋ ਕਿੱਲੇ ਜ਼ਮੀਨ ਦਾ ਹਿੱਸਾ ਠੇਕਾ ਕਦੇ ਨਹੀਂ ਮੰਗਿਆ ਸੀ ਬਾਈ ਮੈਨੂੰ ਤਾਂ ਪਤਾ ਹੀ ਹੈ ਆਪਣੇ ਘਰ ਬਾਰੇ ਤੈਨੂੰ ਐਵੇਂ ਲੱਗਦਾ ਘਰ ਘਾਰੀ ਰੋਟੀ ਵੇਲਾ ਇੱਕੋ ਹੈ ਚਲੋ ਰੋਟੀ ਖਾਈਏ ਮੈਂ ਨਰੰਜੀ ਦੀ ਅਕੀਵੇਂ ਭਰੀ ਗੱਲ ਸੁਣਨ ਤੋਂ ਬਚਣ ਲਿਗਿਆ ਤੈਨੂੰ ਪਤਾ ਹੈ ਤੈਨੂੰ ਨਹੀਂ ਪਤਾ ਨਹੀਂ ਪਤਾ ਮੰਦਰਾ ਤੈਨੂੰ ਤੂੰ ਦਸ ਸਾਲਾਂ ਦਾ ਘਰੋਂ ਬਾਹਰ ਆਇਆ ਹੈ ਮਗਰੋਂ ਕੀ ਦਾ ਕੀ ਹੋ ਗਿਆ ਬਸ ਕੀ ਖੱਟੀ ਖੀਰ ਦਾ ਸਲਾਉਣਾ ਹੁਣ ਤਾਂ ਤੇਰੇ ਵਾਲੀ ਭਾਬੀ ਤੇ ਆਪਣੇ ਬਾਪੂ ਦਾ ਇਟ ਕੁੱਤੇ ਦਾ ਵੈਰ ਹੈ ਮੇਰੀ ਤੇ ਬੀਬੀ ਦੀ ਹਾਲਤ ਤਾਂ ਚੋਰ ਦੀ ਮਾਂ ਤੇ ਕੋਠੀ ਚ ਮੂੰਹ ਵਾਲੀ ਐ। ਉਹ ਤਾਂ ਦੋਹੇ ਲੜਕੇ ਖੂਨ ਨੂੰ ਚੱਲ ਪੈਂਦੇ ਨਿੱਕੇ ਨਿੱਕੇ ਗੱਲ ਤੋਂ। ਪਿਛਲੇ ਮਹੀਨੇ ਹੱਥ ਕੁਛ ਬੜਾ ਤੰਗ ਹੋ ਗਿਆ। ਤੈਨੂੰ ਵੀ ਚੱਠੀ ਭਾਈ ਸੀ ਉਦੋਂ। ਹਾਰ ਕੇ ਦੁੱਧ ਲਾਤਾ ਦੁੱਧੀ ਕੋਲੇ, ਵੀ ਚੱਲ ਆਪਦੀ ਗਰਜ ਮਰ ਜੂ। ਉਹ ਦੁੱਧੀ ਨੂੰ ਆਖੇ ਪੈਸੇ ਮੈਨੂੰ ਫੜਾਈਂ। ਉਹ ਆਖੇ ਮੈਨੂੰ ਫੜਾਈਂ। ਬੁੜੇ ਨੂੰ ਸ਼ੱਕ ਐ ਵੀ ਉਹ ਪੈਸਾ ਟੱਕਾ ਪੇਕਿਆਂ ਨੂੰ ਘਲਦੀ ਐ। ਚੋਰੀਆਂ ਹਟਦਾ ਵੇ ਇੱਕ ਗੱਲ ਸੁਣਾਉਣ ਨੂੰ ਨਹੀਂ ਹਟਦਾ ਤੈਨੂੰ ਤਾਂ ਪਤਾ ਹੀ ਏ ਉਹਦਾ ਮੂੰਹ ਕਿਵੇਂ ਕੋਹਾੜੇ ਨਾਲ ਪਟਿਆ ਪਰ ਭਲੀ ਅਗੋਂ ਵੀ ਨਹੀਂ ਜੋ ਮੂੰਹ ਚਾਏ ਕੱਢੀ ਜਾਂਦੀ ਏ ਕੋਲੇ ਨਵਿੰਦਰਪੁਰ ਫਿਰਦੀ ਏ ਨਹੀਂ ਤੈਨੂੰ ਦੱਸਾਂ ਉਹ ਕੀ ਕੀ ਬੱਕਦੀ ਏ ਦਾੜੀ ਪੱਟ ਕੇ ਦੇਣ ਤੱਕ ਜਾਂਦੀ ਏ ਬਾਈ ਨਰੰਜ ਨੇ ਭਾਬੀ ਦੀ ਗਾਲ ਅਰ ਗਈ ਗੱਲ ਹੌਲੀ ਤੇ ਨੇ ਮੇਰੇ ਕੰਨ ਚ ਕਹੀ ਤੇ ਫਿਰ ਪਹਿਲਾਂ ਵਾਲੀ ਸੁਰਚੀ ਬੋਲਣ ਲੱਗ ਪਿਆ ਮੰਦਰਾ ਇਹ ਤਾਂ ਲੜਾਈ ਸਾਰੀ ਬਾਧੂ ਦੀ ਏ ਰੌਲਾ ਤਾਂ ਹੋਰ ਐ ਤੇਰੇ ਵਾਲੀ ਭਾਬੀ ਅੱਡ ਹੋਣ ਲਈ ਜ਼ੋਰ ਮਾਰਦੀ ਐ ਮੈਨੂੰ 24 ਘੰਟੇ ਇਹ ਮੂੜੀ ਚਾੜਦੀ ਰਹਿੰਦੀ ਐ ਬਾਪੂ ਆਂਦਾ ਕੱਲ ਨੂੰ ਹੁੰਦੇ ਅੱਜ ਹੋਜੋ ਪਰ ਜ਼ਮੀਨ ਨੀ ਜ਼ਮੀਨ ਦਾ ਓੜਾ ਨਹੀਂ ਦਿੰਦਾ ਜਿੰਨਾ ਜਿੰਨਾ ਚਿਰ ਮੇਰੇ ਸਿਰੋਂ ਕਰਜ਼ਾ ਨਹੀਂ ਲੈਂਦਾ ਜੇ ਮੈਂ ਆਨਾ ਜ਼ਮੀਨ ਵੇਚ ਕੇ ਕਰਜ਼ਾ ਲਾ ਦੇ ਤਾਂ ਪਤੰਦਰੇ ਉਹ ਵੀ ਨਹੀਂ ਮੰਨਦਾ ਬਸ ਕਿਸੇ ਨਾ ਕਿਸੇ ਗੱਲੋਂ ਨੂੰ ਸੋਹਰਾ ਸਾਰਾ ਦਿਨ ਅਰਲੀਆਂ ਚੜੇ ਰਹਿੰਦੇ ਐ ਮੈਂ ਤੇ ਬੀਬੇ ਦਾ ਉਹਨਾਂ ਨੂੰ ਛਡਾਉਂਦੇ ਹਾਰ ਹੋ ਜਾਂਦੀ ਐ ਮਦਰਾ ਤੂੰ ਪੜਿਆ ਲਿਖਿਆ ਵਿਦਵਾਨ ਬੰਦਾ ਲੈ ਤੂੰ ਦੱਸ ਜੇ ਮੈਂ ਉਸ ਚਗਲ ਦੇ ਆਖੇ ਜੁੱਲੀਆਂ ਵੰਡ ਵੀ ਲਵਾ ਤਾਂ ਲੋਕ ਮੇਰੇ ਮੂੰਹ ਤੇ ਥੋਬੇ ਨਾ ਮਾਰਨਗੇ ਚੱਕ ਚੱਕ ਵੀ ਉਹ ਵੇਖ ਲੋ ਬੁੜੇ-ਬੁੜੀ ਦੇ ਮਾਰ ਕੇ ਚਿਤੜਾਂ ਤੇ ਲੱਤ ਨੇਪਰੇ ਹੋਗੇ ਦੋਵੇਂ ਜਣੇ ਨਾਲੇ ਤੂੰ ਸਿਆਣਾ ਚੁੱਲਾ ਤਾਂ ਇੱਕ ਬਸਾ ਤਪਦਾ ਦੋ ਕਿੱਥੋਂ ਵੱਢਣਗੇ ਉਤੋਂ ਮੇਰੇ ਨਾਲ ਤਾਂ ਭੈਣ ਰੱਬ ਨੇ ਵੀ ਧਰੋ ਹੀ ਕਮਾਇਆ ਧੀਆਂ ਦੀ ਡਾਰ ਘਲਤੀ ਮੈਂ ਤਾਂ یوں ਲੰਮੀ ਸੋਚਦਾ ਪਰ ਉਸ ਭੇਡ ਦੇ ਖਾਨੇ 'ਚ ਨਹੀਂ ਵੜਦੀ ਕੁਛ ਮਿਆਨਾ ਕਲਛੜੀਆਂ ਤੂੰ ਹੀ ਚੁੱਪ ਕਰ ਰਿਆ ਕਰ ਬੁੜੇ ਦੀਆਂ ਗਾਲਾਂ ਨਾਲ ਤੇਰਾ ਕੀ ਪਾਸਾ ਵਧਿਆ ਜੋ ਬੁੜੇ ਦੀ ਆਦਤ ਆਪੇ ਭੌਂਕੇ ਹਟ ਜੂ ਉਹ ਵੀ ਮੰਦਰਾ ਤੂੰ ਸਮਝ ਤੇਰੀ ਪੜ੍ਹਾਈ ਵੇਲੇ ਜਿੰਨਾ ਕਲੇਸ਼ ਰਹਿੰਦਾ ਸੀ ਨਾ ਹੁਣ ਉਹ ਤੋਂ 100 ਗੁਣਾ ਵੱਧ ਹੈ ਨਰੰਜ ਬੋਲਦਾ ਬੋਲਦਾ ਹਾਫ ਕੇ ਰੁੱਕ ਗਿਆ ਪਰ ਉਹਦੀਆਂ ਗੱਲਾਂ ਦੀ ਲੜੀ ਟੁੱਟਣ ਵਾਲੀ ਨਹੀਂ ਸੀ ਉਹਦੀਆਂ ਗੱਲਾਂ 'ਚ ਗਾਲਾਂ ਦੀ ਵੱਧਦੀ ਮਾਤਰਾ ਵੇਖ ਕੇ ਨਵਿੰਦਰ ਰਸੋਈ 'ਚ ਜਾ ਬੈਠੀ ਸੀ ਮੈਂ ਦਿਨ ਦੇ ਥਾ ਕਿਵੇਂ ਤੇ ਬਾਰ ਬਾਰ ਸੁਣੀਆਂ ਗੱਲਾਂ ਤੇ ਕਿਵੇਂ ਕਾਰਨ ਉਬਾਸੀਆਂ ਲੈ ਰਿਆ ਸੀ ਮੇਰੀ ਉਬਾਸੀ ਤੋਂ ਨਰੰਜ ਨੇ ਸਮਝਿਆ ਵੀ ਮੇਰਾ ਨਸ਼ਾ ਲੱਗ ਗਿਆ ਇਸ ਲਈ ਉਹਨੇ ਮੇਰੇ ਖਾਲੀ ਹੋਏ ਗਲਾਸ ਤੇ ਵੀ ਬਟਾ ਸਾਰਾ ਪੈਗ ਮੇਰੇ ਨਾਲ ਨਾ ਕਰਦੇ ਪਾਤਾ ਤੇ ਆਪਣਾ ਗਲਾਸ ਵੀ ਅਧੋਂ ਉੱਤੇ ਕਰ ਲਿਆ ਉਹਦੀ ਤਾਂ ਪਹਿਲਾਂ ਹੀ ਜ਼ਬਾਨ ਥੜਕਰੀ ਸੀ ਇਸ ਲਈ ਮੈਂ ਉਹਦੇ ਸ਼ਰਾਬੀ ਹੋਣ ਤੋਂ ਡਰ ਕੇ ਫੇਰ ਗੱਲ ਮਕਾਉਣ ਲਈ ਆਖਿਆ ਬਾਈ ਮੈਨੂੰ ਤਾਂ ਸਾਰੀ ਕਹਾਣੀ ਪਤਾ ਹੀ ਹੈ ਇਹਦਾ ਤਾਂ ਇਹੀ ਇਲਾਜ ਹੈ ਵੀ ਰਲ ਮਿਲ ਕੇ ਰੋਟੀ ਖਾਈ ਜਾਓ ਆ ਆਪਾਂ ਵੀ ਹੁਣ ਰੋਟੀ ਖਾਈਏ ਨਵਿੰਦਰ ਲਿਆ ਵੀ ਰੋਟੀ ਪਾ ਕੇ ਮੈਂ ਨਵਿੰਦਰ ਨੂੰ ਆਵਾਜ਼ ਮਾਰੀ ਮੰਦਰਾ ਹਾ ਤਾਂ ਤੂੰ ਸ਼ਹਿਰੀਆਂ ਵਾਲਾ ਪੋਚਾ ਜਾ ਮਾਰਨ ਵਾਲੀ ਗੱਲ ਕਰਦੀ ਛੋਟੇ ਭਾਈ ਅਖੇ ਰਲ ਮਿਲ ਕੇ ਰੋਟੀ ਖਾਈ ਜਾਓ ਉਹ ਇੱਕ ਖਸਮਾ ਮੈਂ ਘੰਟੇ ਦਾ ਭੌਂਕੀ ਜਾਂਦਾ ਵੀ ਇਹ ਲੜਕੇ ਖੂਨ ਨੂੰ ਤੁਰ ਪੈਂਦੇ ਆ ਇੱਕ ਦਿਨ ਤੇਰੀ ਭਾਬੀ ਦੇ ਹੱਥੋਂ ਮਸਾਂ ਸਪਰੇਅ ਵਾਲੀ ਸ਼ੀਸ਼ੀ ਖੋਈ ਮਿੰਟਾਂ ਚ ਭਾਣਾ ਵਰਤ ਗਿਆ ਸੀ ਉਹਨਾਂ ਨੂੰ ਹੁਣ ਇਕੱਠੇ ਰੱਖਣਾ ਸ਼ੇਰ ਤੇ ਬੱਕਰੀ ਨੂੰ ਇੱਕੋ ਘਾਟ ਤੇ ਪਾਣੀ ਪੀਉਣ ਬਰਾਬਰ ਹੈ। ਤੋ ਗੱਲਾਂ ਕੀ ਕਰੀ ਜਾਣਾ ਹੈ ਅਖੀਰ ਰਲ ਕੇ। ਨਰੰਜ ਨੇ ਪੈਗ ਚਾੜ ਕੇ ਧੁਰਧੜੀ ਲੈਣੇ ਆ ਕਿਹਾ। ਫਿਰ ਭਾਈ ਮੇਰੀ ਕਿਹੜਾ ਮੰਨਣੀ ਹੈ ਉਹਨਾਂ ਨੇ। ਮੈਂ ਬੇਵਸੀ 'ਚ ਹੱਥ ਖੜੇ ਕਰਦੇ ਆ ਆਖਿਆ। ਮੈਂ ਸੋਚਿਆ ਅਗਲਾ ਸਵਾਲ ਨਰੰਜ ਪਿੰਡ ਜਾ ਕੇ ਗੱਲ ਨਿਬੇੜਨ ਦਾ ਪਾਊਗਾ। ਠੀਕ ਹੈ ਮੰਦਰਾ ਮੰਨ ਦੇ ਤਾ ਉਹ ਰੱਬ ਦੀ ਵੀ ਨਹੀਂ। ਆਪਾਂ ਇੱਕ ਹੋਰ ਸਕੀਮ ਲੜਾਉਣੇ ਆ ਜੇ ਤੂੰ ਮੰਨ ਜੀ। ਨਰੰਜ ਨੇ ਟੇਡਾ ਚ ਹੋ ਕੇ ਨਵਿੰਦਰਵਾਲ ਵੇਖਿਆ। ਉਹ ਜੀ ਸਬਜੀ ਗਰਮ ਕਰ ਰਹੀ ਸੀ ਮੇਰੇ ਨੇੜੇ ਹੋ ਕੇ ਪਰਦੇ ਦੀ ਗੱਲ ਕਰਨ ਵਾਂਗ ਬੋਲਿਆ ਮੇਰਾ ਅਰਦਾ ਹੈ ਤੂੰ ਬਾਪੂ ਰਾਨੂੰ ਇੱਥੇ ਸੱਦ ਲੈ ਹੈ ਤਾਂ ਇੱਕ ਕਮਰੇ ਚ ਇੰਨੇ ਜਣਿਆਂ ਨੂੰ ਰਹਿਣਾ ਔਖਾ ਪਰ ਆਪਣੇ ਘਰ ਦੀ ਰਾਂਹ ਮਿਟ ਜੂ ਨਰੰਜਨ ਨੇ ਤਾਂ ਕਹਿ ਤਾ ਪਰ ਉਹਦੀ ਗੱਲ ਸੁਣ ਕੇ ਮੇਰੇ ਸਿਰ ਚ ਸੌ ਖੜਾ ਪਾਣੀ ਦਾ ਪੈ ਗਿਆ ਮੈਨੂੰ ਕੋਈ ਜਵਾਬ ਨਾ ਆੜਿਆ ਮੈਂ ਅੱਧ ਖੁੱਲੇ ਮੂੰਹ ਤੇ ਚੌੜੀਆਂ ਅੱਖਾਂ ਕਰੀ ਹੈਰਾਨੀ ਨਾਲ ਵਾਕ ਬੈਠਾ ਸੀ ਮੇਰੇ ਜਵਾਬ ਦੀ ਉਡੀਕ 'ਚ ਮੇਰੇ ਮੂੰਹ ਬਨੀ ਕਟਕ ਵੇਖਦਾ ਨਰੰਜ ਮੇਰੀ ਚੁੱਪ ਵੇਖ ਕੇ ਆਪ ਹੀ ਬੋਲ ਉੱਠਿਆ ਚੱਲ ਜੇ ਕਹਾਣੀ ਓਨੀ ਗੇੜ ਚ ਆਉਂਦੀ ਤਾਂ ਤੂੰ ਹੋਰ ਓਂ ਕਰ ਮੈਨੂੰ ਇੱਥੇ ਕਿਸੇ ਕੰਮ ਤੇ ਲਵਾ ਦੇ ਉਸ ਹਰਾਮਡ ਨੂੰ ਮੈਂ ਇੱਥੇ ਲਿਆ ਦਫਾ ਕਰੂੰ ਤੇ ਬਾਪੂ ਬੇਬੇ ਦਾ ਨਿਰਵਾਹ ਪੈਲੀ ਨਾਲ ਹੋਈ ਜਾਊ ਨਰੰਜ ਨੇ ਨਵਾਂ ਸਵਾਲ ਪਾਇਆ ਮੈਂ ਇਸ ਨਵੇਂ ਜਾਲ 'ਚ ਫਸਿਆ ਜੇ ਨਿਕਲਣ ਲਈ ਹੱਥ ਪੈਰੀ ਮਾਰ ਰਿਹਾ ਸੀ ਕਿ ਨਵਿੰਦਰ ਰੋਟੀ ਲਿਆਈ ਬਾਈ ਇੱਥੇ ਸ਼ਹਿਰ 'ਚ ਤਾਂ ਐਮਈਬੀਏ ਵੇਲੇ ਤੁਰੇ ਫਿਰਦੇ ਆ ਤੈ ਤੂੰ ਚਾਰਵੀਂ ਪਾਸ ਨੀ ਤੈਨੂੰ ਕੌਣ ਗੱਲ ਜੇ ਮੂੰਹ ਮੇਰੇ ਮੂੰਹ 'ਚ ਹੀ ਸੀ ਕਿ ਨਰੰਜ ਬੋਲ ਪਿਆ ਉਹ ਮੈਂ ਕਿਹੜਾ ਆਨਾ ਮੈਨੂੰ ਡਿਪਟੀ ਲਵਾ ਦੇ ਤੁਹਾਡੇ ਦਫ਼ਤਰ ਵਿੱਚ ਹੀ ਤਾਂ ਉਹ ਮੇਰੇ ਵਰਗੇ ਅਰਧਲੀ ਲੱਗੇ ਐਂ ਹੀ ਰਾਖੀ ਰੁਖੀ ਰੱਖਣ ਵਾਲੇ ਕੰਮ ਤੇ ਮੈਨੂੰ ਫਸਾ ਦੇ ਬਾਈ ਤੂੰ ਸਮਝਦਾ ਕਿਉਂ ਨਹੀਂ ਇੱਥੇ ਉੱਥੇ ਤੁਸੀਂ ਰੋਟੀ ਤਾਂ ਨਹੀਂ ਮਰਦੇ ਭੁੱਖੇ ਆਪਦੀ ਖੇਤੀ ਅਰਗੀ ਤੇ ਰੀਸ ਨਹੀਂ ਭਾਰਤਾ ਧੱਕਿਆ ਨੇਰੇ ਬਗਾਨਿਆਂ ਦਾ ਗੋਲਪਣਾ ਅੱਗੇ ਤੋਂ ਮੈਂ ਵੀ ਮਹੀਨੇ ਤੇ ਮਹੀਨੇ ਕੁਝ ਮਦਦ ਕਰਿਆ ਕਰਾਂ ਐਵੇਂ ਨੁ ਪੁੱਠੀਆਂ ਸੋਚਿਆ ਕਰੋ ਲੈ ਹੁਣ ਰੋਟੀ ਖਾ ਠੰਡੀ ਹੁੰਦੀ ਜਾਂਦੀ ਹੈ ਮੈਂ ਟਿਕ ਟਿਕ ਹੀ ਲਾਈ ਛੱਤ ਵੱਲ ਝਾਕ ਰਿਹਾ ਨਰੰਜਨ ਨੂੰ ਖਲੂਣ ਕਿ ਕਿਹਾ ਉਹ ਆਪਣੀਆਂ ਉਂਗਲਾਂ ਵੀ ਮਰੋੜ ਰਿਹਾ ਸੀ ਤੇ ਉਹਦੇ ਸਰੀਰ ਨੂੰ ਅਕੜਾ ਜਿਹਾ ਵੀ ਚੜ ਰਿਹਾ ਸੀ ਕਿਤੇ ਫੇਰ ਉਹਨੂੰ ਉਹੀ ਲੱਠ ਨਾ ਉਟਕੜੋਵੇ ਮੈਂ ਇਹ ਸੋਚ ਕੇ ਡਰ ਗਿਆ ਉਹਨੇ ਆਪਣੇ ਮੋਢੇ ਨੂੰ ਖਲੂਣ ਦਾ ਮੇਰਾ ਹੱਥ ਛੱਟ ਕੇ ਪਰੇ ਕਰਤਾ ਤੇ ਗੁੱਸੇ 'ਚ ਕਿਹਾ ਮੈਂ ਨਹੀਂ ਖਾਣੀ ਰੋਟੀ ਰਾਟੀ ਉਪਾ ਭੱਕੇ ਪਿਆ ਤੇ ਥਾਲੀ ਪਰਾਂ ਧੱਕਤੀ ਬਾਈ ਕਿਉਂ ਅਮੇ ਲੋਕਾਂ ਨੂੰ ਤਮਾਸ਼ਾ ਬਖਾਉਣਾ ਮੈਂ ਕਨਸੂਆ ਲੈਂਦੀ ਫਿਰਦੀ ਮਕਾਨ ਮਾਲਕ ਨੂੰ ਬਾਰੀ ਚੁਗਹਿ ਕੇ ਨਰਿੰਜ ਨੂੰ ਫੋੜੀ ਦੇਣੀ ਤਰਲੇ ਨਾਲ ਕਿਹਾ ਮੰਦਰਾ ਜੇ ਤੂੰ ਮੇਰਾ ਸਾਕਾ ਭਰਾ ਹੈ ਨਾ ਤਾਂ ਮੇਰੇ ਸਿਰ ਤੇ ਹੱਥ ਰੱਖ ਕੇ ਆਖ ਵੀ ਮੇਰਾ ਕੰਮ ਖੋਜੂ ਨਰਿੰਜ ਨੇ ਭਰਾ ਦੇ ਰਿਸ਼ਤੇ ਦਾ ਵਾਸਤਾ ਪਾ ਕੇ ਤੇ ਕੁਝ ਧਮਕੀ ਭਰੇ ਲਹਿਜੇ ਦੇ ਰਲੇ ਮਿਲੇ ਭਾਵਾਂ ਨਾਲ ਗਿਆ ਉਹਦੀਆਂ ਅੱਖਾਂ ਦੀ ਗਹਿਰੇਆਂ ਲਾਲ ਹੋ ਗਈ ਸੀ ਜਿਵੇਂ ਹੁਣੇ ਖੂਨ ਨਿਚੜ ਪਊਗਾ ਬਾਈ ਤੂੰ ਤਾਂ ਬੱਚੇ ਵਾਂਗ ਜਿੱਦ ਪੈ ਗਿਆ ਰੋਟੀ ਖਾ ਐਵੇਂ ਹੋਰੀ ਕਮਲ ਮਾਰਨ ਲੱਗ ਪਿਆ ਮੈਂ ਵੀ ਅੰਤ ਖਿਜ ਗਿਆ ਨਹੀਂ ਤਾਂ ਫਿਰ ਨਾ ਸੀ ਕੌਣ ਕਰਦਾ ਕਿਸੇ ਦੀ ਮਦਦਾਂ ਕੋਈ ਗਦੀ ਠਾਣੇਦਾਰ ਦਾ ਪਾੜਾ ਸੇ ਢਾਈ ਸੀ ਤੇ ਦੂਜੀਆਂ ਗਧੀਆਂ ਨਾਲ ਨਹੀਂ ਰਲਦੀ ਸੀ ਆਖੇ ਮੈਂ ਠਾਣੇਦਾਰ ਦਾ ਬੋਝ ਢੋਆ ਆਈਆਂ ਤੋ ਚਾਰਜ ਮਾਤਾ ਪੜ ਕੇ ਵੱਡਾ ਚੌਧਰੀ ਬਣ ਗਿਆ ਸਭ ਆਪ ਦੇ ਢਿੱਡ ਦੇ ਸਕੇ ਆ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਕੋਈ ਸਕਾ ਨਹੀਂ ਸਭ ਢਿੱਡ ਦੇ ਸਕੇ ਆ ਇੱਥੇ ਉੱਠ ਕੇ ਖੜਾ ਹੋ ਗਿਆ ਲੈ ਅੱਜ ਤੋ ਤੇਰਾ ਰਾ ਇੱਧਰ ਤੇ ਮੇਰਾ ਉੱਧਰ ਮੈਂ ਹੁਣ ਆਪਦੀ ਹਿੱਕ ਦੇ ਜੋਰ ਤੇ ਵਾਜਾ ਵਜਾ ਕੇ ਵਿਖਾਉਂ ਭਾਵੇਂ ਮੈਨੂੰ ਇੱਥੇ ਚੌਂਕ ਚ ਚੂੜਾ ਬਣ ਕੇ ਖਾਣਾ ਪਈ ਤੇਰੀ ਵੀ ਹਿੱਕ ਤੇ ਮੂੰਗ ਦਲੋਂ ਹੁਣ ਨਰੰਜਨ ਨੇ ਆਪਣਾ ਗਿੱਲਾ ਸਾਫਾ ਕਿੱਲੀ ਤੋਂ ਲਾਉਂਦੇ ਆ ਬੂਹੇ ਵੱਲ ਕਦਮ ਵਧਾਏ ਮੇਰਾ ਮੱਥਾ ਠਣ ਕੇ ਆ ਕਿ ਅੱਜ ਵੀ ਉਹ ਸ਼ਾਇਦ ਸਹਿਰ ਚ ਦਿਹਾੜੀ ਕਰਨ ਨਹੀਂ ਨਾ ਗਿਆ ਹੋਵੇ ਜਿਹੜਾ ਇੰਨੀ ਧੀਰ ਨਾਲ ਤੇ ਲਿਬੜਿਆ ਤੇ ਬੜਿਆ ਘਰ ਮੁੜਿਆ ਸੀ ਮੈਂ ਆਨੂੰ ਰੋਕਣ ਲਈ ਭੱਜ ਕੇ ਕਮਰੇ ਦੇ ਬੂਹੇ 'ਚ ਖੜ ਕੇ ਅੱਗੋਂ ਵੱਲ ਲਿਆ ਉਨੇਕ ਪੱਲੇ ਟਕੇ ਅੱਖਾਂ ਅੱਖਾਂ ਰਾਈ ਜਿਵੇਂ ਕਿਆ ਉਪਰੇ ਹਟ ਜਾ ਓਏ ਨਹੀਂ چیر ਕੇ ਲੰਘ ਜੂ ਮੈਂ ਪਰ ਮੈਂ ਪੂਰੇ ਤਾਨ ਨਾਲ ਬੂਏ ਤੇ ਅੜਿਆ ਰਿਆ ਉਹ ਮੈਨੂੰ ਬੂਏ ਚ ਪਰੇ ਧੱਕਣ ਲੱਗਿਆ ਤਾਂ ਮੈਂ ਉਹਨੂੰ ਜੱਫਾ ਮਾਰ ਕੇ ਆਪਣੇ ਪੈਰ ਚੁਗਾਠ ਚੜਾ ਲਏ ਪਰ ਉਹਦੀ ਇੰਨੀ ਤਾਕਤ ਅੱਗੇ ਮੇਰੇ ਹੱਥ ਪੈਰ ਝੂਠੇ ਹੋ ਗਏ ਤੇ ਮੇਰੀ ਜੱਫੀ ਵੀ ਢਿੱਲੀ ਪੈਂਦੀ ਜਾ ਰਹੀ ਸੀ ਧੰਨਵਾਦ